ਪ੍ਰਤੀਕ ਦੇ ਪਾਪਾ ਤਿਆਰ ਹੋ ਰਹੇ ਨੇ ਜੀ। ਪੱਗ ਇਹਨਾਂ ਨੇ ਬੰਨ ਲਈ ਜੀ, ਮੈਂ ਪੂਣੀ ਕਰਾ ਕੇ ਗਈ ਸੀਗੀ ਜੀ। ਹੁਣ ਕੱਪੜੇ ਕੁੱਪੜੇ ਪ੍ਰੈਸ ਕਰਕੇ ਦਿੱਤੇ ਇਹਨਾਂ ਨੂੰ। ਫਿਰ ਦੀਦੀ ਉੱਧਰ ਰੋਟੀ ਲੱਗ ਗਏ ਤਾਂ ਕਿ ਵੀ ਇਹਨਾਂ ਨੂੰ ਰੋਟੀ ਦੇ ਦਿਓ ਤੁਸੀਂ, ਵੀ ਜਾਣਗੇ ਛੇਤੀ ਜਾਣਾ ਜੀ, ਇਹਨਾਂ ਨੂੰ ਕੋਈ ਕੰਮ ਹੋਰ ਵੀ ਹੈ ਬਾਜ਼ਾਰ ਦਾ। ਪੱਗ ਇਹਨਾਂ ਨੇ ਬੰਨ ਲਈ, ਲਿਆਵਾਂ ਜੀ ਰੋਟੀ? ਪਾ ਦਿੰਦੀ ਹਾਂ ਰੋਟੀ ਮੈਂ ਤੁਹਾਡੀ। ਬਾਹਰ ਨਹੀਂ ਅੱਜ ਬੰਨਦੇ, ਇੱਥੇ ਦਿਖ ਲਾਈਟ 'ਚ ਮੋਰੀ ਖੋਲੀ ਹੋਈ ਹੈ ਨਾ। ਕਿੰਨੇ ਕੁ ਟਾਈਮ ਜਾਣਾ ਤੁਸੀਂ? ਲੱਗ ਜਾਣ, ਲਿਆ ਰੋਟੀ ਤਾਂ ਲਿਆਵਾਂ ਫਿਰ ਬਣ। ਚਲੋ ਠੀਕ ਹੈ, ਚਲੋ ਫਿਰ ਮੈਂ ਲਿਆਉਂਦੀ ਹਾਂ। ਆ ਜੀ ਆਪਣਾ ਸਾਰਾ ਸਾਫ਼ ਸਫਾਈ ਦਾ ਨਿਬੜ ਗਿਆ ਜੀ। ਆ ਦੇਖੋ ਜੀ, ਦੀਦੀ ਹਟਦੇ ਨਹੀਂ ਹੈਗੇ ਕੰਮ ਕਰਨ ਤੋਂ, ਪ੍ਰਸ਼ਾਦਾ ਬਣਾਉਣ ਲੱਗੇ ਕਿਉਂਕਿ ਪ੍ਰਤੀਕ ਦੇ ਪਾਪਾ ਨੇ ਜਾਣਾ ਜੀ ਅੱਜ ਬਾਜ਼ਾਰ। ਮੈਂ ਉਹਨਾਂ ਨੂੰ ਕੱਪੜੇ ਕੁੱਪੜੇ ਦੇਣ ਲੱਗ ਗਈ, ਪੱਗ ਪੁੱਗ ਦੀ ਪੂਣੀ ਕਰਾਉਣ ਲੱਗ ਗਈ, ਅਤੇ ਦੀਦੀ ਨੇ ਇੱਧਰ ਰੋਟੀ ਲਾਹਣ ਲੱਗ ਗਏ ਵੀ ਚਲੋ ਤੁਸੀਂ ਵੀਰ ਇੱਧਰ ਜੀ ਨੂੰ ਦੇ ਆਪਾਂ ਦਿਓ। ਤੁਹਾਨੂੰ ਦਿਖਾਉਂਦੇ ਹਾਂ, ਦੇਖੋ ਇਹ ਨਾ ਨੀਰੀ ਮੱਕੀ ਦਾ ਆਟਾ ਲੈ ਕੇ ਆਪਾਂ ਨੇ ਦੇਖੋ ਗਰਮ ਗਰਮ ਪਾਣੀ ਕਰਿਆ। ਇਹਦੇ ਵਿੱਚ ਮੈਂ ਮੇਥੇ ਪਾਏ ਨੇ, ਧਨੀਆ ਪਾਇਆ, ਇਹ ਦੇਖੋ ਹਰਾ ਲੂਣ ਮਿਰਚ ਆਪਾਂ ਨੇ ਕੁੱਟ ਕੇ ਰੱਖਿਆ ਹੋਇਆ ਇਹ ਪਾਇਆ, ਅਤੇ ਫਿਰ ਆਪਾਂ ਨੇ ਆਟਾ ਗੁੰਨ ਲਿਆ ਪੇੜਾ ਲੋਈਆ ਕਰਕੇ ਨਾ। ਮੈਂ ਜਿਵੇਂ ਉੱਧਰ ਰੋਟੀ ਪਾਤੀ, ਮਤਲਬ ਜਾਨੂ ਆਪਣੀ ਉਹ ਰੋਟੀ ਰੜੂਗੀ, ਜਾਨੂ ਆਪਾਂ ਨੇ ਇਹ ਰੋਟੀ ਤਿਆਰ ਕਰ ਲੈਣੀ ਆ। ਆ ਦੇਖੋ ਹੁਣ ਮੈਂ ਇੱਧਰ ਗੈਸ ਬਾਲ ਕੇ ਉਹ ਰੋਟੀ ਇੱਧਰ ਰਾੜ ਦੂੰਗੀ, ਅਤੇ ਆਪਾਂ ਨੇ ਹਲਕੀ ਜਿਹੀ ਰੱਖਣੀ ਹੈ ਗੈਸ, ਤੇਜ਼ ਨਹੀਂ ਰੱਖਣਾ, ਫਿਰ ਨਾ ਰੋਟੀ ਜਲ ਜਾਂਦੀ ਆ। ਦੇਖੋ ਹਲਕੀ ਹਲਕੀ ਆਪਾਂ ਇੱਧਰ ਰਾੜ ਦਾਂਗੇ, ਅਤੇ ਇੰਨੇ ਇੱਧਰ ਰੋਟੀ ਪਾ ਦਾਂਗੇ। ਦੇਖੋ ਆਪਣੀ ਰੋਟੀ ਪੱਕ ਰਹੀ ਹੈ, ਇੱਧਰ ਰੜ ਰਹੀ ਹੈ, ਅਤੇ ਇੱਧਰ ਦੇਖੋ ਆਪਾਂ ਨੇ ਬਣਾ ਬਣਾ ਰੱਖ ਲਈਆਂ। ਆ ਦੇਖੋ ਹੁਣ ਆਪਾਂ ਨੇ ਇਹਨਾਂ ਨਾਲ ਦੀ ਨਾਲ ਚੋਪੜ ਦਾਂਗੇ, ਦੇਖੋ ਕਿੰਨੀ ਵਧੀਆ ਲੱਗਦੀਆਂ ਨੇ। ਅਤੇ ਆਪਣਾ ਜਿਹੜੀ ਨਾ ਇਹ ਮੱਕੀ, ਹੁਣ ਆਪਾਂ ਨੇ ਮਿੱਸੀ ਰੋਟੀ ਬਣਾਈ ਆ ਮੱਕੀ ਦੀ ਮੇਥੇ ਵਾਲੀ, ਇਹਨੂੰ ਆਪਾਂ ਦੇਖੋ ਮੱਖਣ ਨਾਲ ਵੀ ਖਾ ਸਕਦੇ ਹਾਂ, ਦਹੀਂ ਨਾਲ ਵੀ। ਇੱਧਰ ਆਪਣੀ ਚਾਹ ਵੀ ਬਣੀ ਪਈ ਹੈ ਵੀ ਜਿਹਨੇ ਚਾਹ ਲੈ ਕੇ ਜਾਣੀ ਹੈ ਚਾਹ ਨਾਲ ਖਾਣੀ ਆ, ਅਤੇ ਜਿਹਨੇ ਨਹੀਂ ਚਾਹ ਪੀਣੀ ਤਾਂ ਆਪਣਾ ਦੁੱਧ ਵੀ ਪੀ ਸਕਦਾ। ਇੱਧਰ ਆਪਣੇ ਦੁੱਧ ਨੂੰ ਵਾਲੀ ਆਈ ਹੋਈ ਹੈ, ਦੇਖੋ ਇਹ ਚਾਪੜਾ, ਜਿਹੜੇ ਮਰਜ਼ੀ ਨੇ ਕੌਫੀ ਪੀਣੀ ਹੈ ਤਾਂ ਕੌਫੀ ਪੀ ਲਓ, ਪੱਤੀ ਪੀਣੀ ਹੈ ਪੱਤੀ ਪੀ ਲਓ। ਦੇਖੋ ਆਪਣੇ ਗੱਲਾਂ ਕਰਦੇ ਕਰਦੇ ਇੱਧਰ ਆਪਣੀ ਰੋਟੀ ਬਣ ਗਈ, ਅਤੇ ਆਪਾਂ ਨੇ ਹੁਣ ਇਹਨੂੰ ਚੱਕ ਦੇਣਾ। ਇਹਨਾਂ ਨੂੰ ਪੁੱਛਦੀ ਹਾਂ ਮੈਂ, ਪੱਗ ਬੰਨ ਲਈ ਹੋਣੀ? ਕਈ ਵਾਰ ਆਪਾਂ ਰੜੀ ਰੜੀ ਨਾ ਬਿਨਾਂ ਚੋਪੜੇ ਖਾ ਲੈਂਦੇ, ਕਿਉਂਕਿ ਆਪਣੇ ਕੋਲ ਮੱਖਣ ਹੁੰਦਾ, ਇਹ ਬਿਨਾਂ ਚੋਪੜੇ ਵੀ ਟੇਸਟੀ ਲੱਗਦੇ ਆ ਰੜੀ ਹੋਈ ਰੋਟੀ। ਰਾੜਨ ਵੇਲੇ ਜ਼ਰੂਰ ਧਿਆਨ ਰੱਖਣਾ ਵੀ ਅੱਗ ਘੱਟ ਰੱਖਣੀ ਹੈ, ਤਾਂ ਇਹ ਜ਼ਿਆਦਾ ਵਧੀਆ ਰੜਦੀ ਹੈ। ਦੇਖੋ ਆਪਣੀ ਰੋਟੀ ਬਣ ਕੇ ਤਿਆਰ ਹੈ, ਹੁਣ ਮੈਂ ਇੱਧਰ ਬਣਾ ਰਹੀ ਹਾਂ, ਦੀਦੀ ਦੇ ਦੇਣਗੇ, ਜਦੋਂ ਦੀਦੀ ਬਣਾਉਂਦੇ ਹੁੰਦੇ ਨੇ ਉਦੋਂ ਅਸੀਂ ਛੱਕ ਲੈਂਦੇ ਹਾਂ। ਇਹ ਐਂ ਹੁੰਦਾ ਵੀ ਤੁਸੀਂ ਕਈ ਵਾਰ ਕਹਿੰਦੇ ਵੀ ਮੈਂ ਇੰਨੀ ਕੰਮ ਕਰਦੀ ਇੱਥੇ, ਫਿਰ ਆਹ ਇੱਕ ਜਣਾ ਵੀਡੀਓ ਬਣਾ ਰਿਹਾ ਹੁੰਦਾ, ਹੁਣ ਦੇਖੋ ਦੀਦੀ ਵੀਡੀਓ ਬਣਾ ਰਹੀ ਆ। ਲਓ ਜੀ ਆਹ ਸਾਰੇ ਜਣੇ ਰਲ ਮਿਲ ਕੇ ਕਰ ਲੈਂਦੇ ਆਪਾਂ। ਹਾਂ ਇੱਧਰ ਆ ਦੇਖੋ, ਆਹ ਰੋਟੀ ਨੂੰ ਚੱਕ ਕੇ ਮੈਂ ਇੱਧਰ ਰੱਖ ਦੂੰਗੀ, ਇੱਧਰ ਹੋਰ ਪਾ ਦੂੰਗੀ, ਮਤਲਬ ਆਪਾਂ ਤਾਂ ਕੋਈ ਫਰਕ ਨਹੀਂ ਹੈਗਾ ਕੰਮ ਕਾਰ ਕਰਨ ਦਾ, ਰਲ ਮਿਲ ਕੇ ਸੋਹਣਾ ਟਾਈਮ ਲੰਘ ਜਾਂਦਾ, ਨਾਲੇ ਦਿਲ ਲੱਗਿਆ ਹੋਇਆ। ਗਰਮ ਪਾਣੀ ਨਾਲ ਨਾ ਪਰ ਨਾਲ ਦੀ ਨਾਲ ਹੀ ਮਲਣਾ ਹੈ, ਨਾਲ ਦੀ ਨਾਲ ਮਲਿਆ ਹੈ ਨਾ ਫਿਰ ਰੋਟੀ ਟੁੱਟਦੀ ਨਹੀਂ ਹੈਗੀ। ਇੱਧਰ ਆਪਾਂ ਨੇ ਰੋਟੀ ਨਾ ਰੱਖ ਕੇ ਛੱਡਣੀਆਂ ਨਹੀਂ ਹੈਗੀ, ਇਹਨੂੰ ਐਵੇਂ ਘੁਮਾਉਣਾ ਹੌਲੀ ਹੌਲੀ। ਆ ਦੇਖੋ ਫਿਰ ਨਹੀਂ ਤਾਂ ਫਿਰ ਇਹ ਜਲ ਜੂਗੀ। ਕਿਆ ਜਾਂਦਾ ਤੇ ਨਵੀਂ ਨਾ ਨਾ ਹੋ ਰਿਹਾ।
हाँ जी नले पुराने टाइम जिस तरह जड़ी जड़ा नाल बने हुए हैं जी। कोई पिंड नहीं हैगा जिवें कि लोग डेरिया च ते फार्म हाउस च रहिंदे ने उवें ही इत्थे रहिंदे ने जी। ये जी एक तरह का फार्म हाउस है जी ते पंजाबी लैंग्वेज विच डेरा या फिर कोई अलग मतलब दो पिंडा च कई बार आ जाता है तो फिर इनू डेरा कह दिंदे आ या फिर फार्म हाउस कह दिंदे आ। ये देखो जी इत्थे रोड की मेंटेनेंस का काम चल रहा है। हुण आपां राजपुरा सुरों तो लंघ रहे हैं जी। है जी इत्थे मेंटेनेंस का हाले भी काम चल रहा है ते इत्थे बड़ी संभाल दे नाल चलानी पैंदी है जी कोई भी व्हीकल क्योंकि देखो जी इत्थे दा बहाव भी बड़ा तेज है ते गंदा पानी है नाले ना कोई नेड़े स्पोर्ट लाई हुई है जी। ये देखो किन्ना पानी है जी ए जी अपना शॉर्टकट रास्ता आ जांदा है विचो कच्चा रास्ता जी बड़ी एक्टिवा संभाल के चलानी पैंदी है। चलो आपां भी चलदे आं वाहिगुरु जी। इत्थे जी आपां ए वाली रोड चढ़ गए जी ते अगे अपना जी पिंड खानपुर भोंगला शायद केड़ी का उधर नू रस्ता जाता है ये जी इधर आप जा रहे हैं जी वो पूरा रस्ता राजपुरे जाता है you
ਕਰਕੇ ਲਿਆਉਣੇ ਨੇ।